ਮਹਿੰਦਰਗੜ੍ਹ ਸਕੂਲੀ ਬੱਸ ਹਾਦਸਾ। ਪੁਲਿਸ ਨੇ ਪ੍ਰਿੰਸੀਪਲ ਨੂੰ ਕੀਤਾ ਗ੍ਰਿਫਤਾਰ। ਪ੍ਰਿੰਸੀਪਲ ਦੀ ਵੱਡੀ ਲਾਪਰਵਾਹੀ। ਡਰਾਈਵਰ ਨੂੰ ਹਟਾਉਣ ਦੀ ਆਖੀ ਸੀ ਗੱਲ। ਇੱਕ ਦਿਨ ਪਹਿਲਾਂ ਹੋ ਗਿਆ ਵੱਡਾ ਹਾਦਸਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਸਕੂਲ ਦੀ ਪ੍ਰਿੰਸੀਪਲ, ਜਿਸ ਦੀ ਵਜ੍ਹਾ ਦੇ ਕਰਕੇ 6 ਬੱਚਿਆਂ ਦੀ ਜਾਨ ਚਲੀ ਗਈ। ਇੱਕ ਤਾਂ ਇਹਨਾਂ ਦੇ ਵੱਲੋਂ ਈਦ ਦੀ ਛੁੱਟੀ ਮੌਕੇ ਸਕੂਲ ਖੋਲਿਆ ਸੀ, ਦੂਜੇ ਪਾਸੇ ਬੱਸ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਦੇ ਨਾਲ ਬੱਸ ਪਲਟ ਗਈ। 6 ਬੱਚਿਆਂ ਦੀ ਮੌਤ ਹੋ ਗਈ। ਬੱਸ ਦੇ ਵਿੱਚ ਕੁੱਲ 45 ਬੱਚੇ ਸਵਾਰ ਸੀ। 37 ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। GL ਪਬਲਿਕ ਸਕੂਲ ਕਨੀਨਾ ਦੀ ਇਹ ਬੱਸ ਸੀ, ਜੋ ਵੱਖ ਵੱਖ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਆ ਰਹੀ ਸੀ। ਦੱਸਦੇ ਕਿ ਈਦ ਦੀ ਛੁੱਟੀ ਦੇ ਬਾਵਜੂਦ ਇਹ ਨਿੱਜੀ ਸਕੂਲ ਖੁੱਲ੍ਹਾ ਸੀ, ਤਾਂ ਬੱਸ ਦੇ ਡਰਾਈਵਰ 'ਤੇ ਵੀ ਗੰਭੀਰ ਆਰੋਪ ਲੱਗੇ ਨੇ। ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਦਿਨ ਬਾਅਦ ਪ੍ਰਿੰਸੀਪਲ ਦੇ ਵੱਲੋਂ ਇਸ ਡਰਾਈਵਰ ਨੂੰ ਹਟਾਇਆ ਜਾਣਾ ਸੀ, ਇਸ ਦੀ ਛੁੱਟੀ ਕਰਨੀ ਸੀ, ਕਿਉਂਕਿ ਇਸ 'ਤੇ ਨਸ਼ੇ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਨੇ। ਤਾਂ ਇੱਕ ਦਿਨ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ। ਈਦ ਵਾਲੇ ਦਿਨ ਸਕੂਲੀ ਬੱਚਿਆਂ ਦੀ ਬੱਸ ਦਾ ਐਕਸੀਡੈਂਟ ਹੋਇਆ, 6 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਤਾਂ ਹੁਣ ਪੁਲਿਸ ਦੇ ਵੱਲੋਂ ਸਕੂਲ ਦੀ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਗਿਆ, ਲਿਹਾਜ਼ਾ ਪੁੱਛ ਪੜਤਾਲ ਹੋਵੇਗੀ ਕਿ ਆਖਿਰਕਾਰ ਛੁੱਟੀ ਵਾਲੇ ਦਿਨ ਕਿਉਂ ਸਕੂਲ ਖੋਲ੍ਹਿਆ ਗਿਆ, ਕਿਉਂ ਉਸ ਸ਼ਰਾਬੀ ਡਰਾਈਵਰ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। ਇਸ ਬਾਰੇ ਤਮਾਮ ਸਵਾਲ ਜਵਾਬ ਹੋਣਗੇ। ਮਹਿੰਦਰਗੜ੍ਹ ਸਕੂਲੀ ਬੱਸ ਹਾਦਸਾ। ਪੁਲਿਸ ਨੇ ਪ੍ਰਿੰਸੀਪਲ ਨੂੰ ਕੀਤਾ ਗ੍ਰਿਫਤਾਰ। ਪ੍ਰਿੰਸੀਪਲ ਦੀ ਵੱਡੀ ਲਾਪਰਵਾਹੀ। ਡਰਾਈਵਰ ਨੂੰ ਹਟਾਉਣ ਦੀ ਆਖੀ ਸੀ ਗੱਲ। ਇੱਕ ਦਿਨ ਪਹਿਲਾਂ ਹੋ ਗਿਆ ਵੱਡਾ ਹਾਦਸਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਸਕੂਲ ਦੀ ਪ੍ਰਿੰਸੀਪਲ, ਜਿਸ ਦੀ ਵਜ੍ਹਾ ਦੇ ਕਰਕੇ 6 ਬੱਚਿਆਂ ਦੀ ਜਾਨ ਚਲੀ ਗਈ। ਇੱਕ ਤਾਂ ਇਹਨਾਂ ਦੇ ਵੱਲੋਂ ਈਦ ਦੀ ਛੁੱਟੀ ਮੌਕੇ ਸਕੂਲ ਖੋਲ੍ਹਿਆ ਸੀ, ਦੂਜੇ ਪਾਸੇ ਬੱਸ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਦੇ ਨਾਲ ਬੱਸ ਪਲਟ ਗਈ। 6 ਬੱਚਿਆਂ ਦੀ ਮੌਤ ਹੋ ਗਈ। ਬੱਸ ਦੇ ਵਿੱਚ ਕੁੱਲ 45 ਬੱਚੇ ਸਵਾਰ ਸੀ। 37 ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। GL ਪਬਲਿਕ ਸਕੂਲ ਕਨੀਨਾ ਦੀ ਇਹ ਬੱਸ ਸੀ, ਜੋ ਵੱਖ ਵੱਖ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਆ ਰਹੀ ਸੀ। ਦੱਸਦੇ ਕਿ ਈਦ ਦੀ ਛੁੱਟੀ ਦੇ ਬਾਵਜੂਦ ਇਹ ਨਿੱਜੀ ਸਕੂਲ ਖੁੱਲ੍ਹਾ ਸੀ, ਤਾਂ ਬੱਸ ਦੇ ਡਰਾਈਵਰ 'ਤੇ ਵੀ ਗੰਭੀਰ ਆਰੋਪ ਲੱਗੇ ਨੇ। ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਦਿਨ ਬਾਅਦ ਪ੍ਰਿੰਸੀਪਲ ਦੇ ਵੱਲੋਂ ਇਸ ਡਰਾਈਵਰ ਨੂੰ ਹਟਾਇਆ ਜਾਣਾ ਸੀ, ਇਸ ਦੀ ਛੁੱਟੀ ਕਰਨੀ ਸੀ, ਕਿਉਂਕਿ ਇਸ 'ਤੇ ਨਸ਼ੇ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਨੇ। ਤਾਂ ਇੱਕ ਦਿਨ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ। ਈਦ ਵਾਲੇ ਦਿਨ ਸਕੂਲੀ ਬੱਚਿਆਂ ਦੀ ਬੱਸ ਦਾ ਐਕਸੀਡੈਂਟ ਹੋਇਆ, 6 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਤਾਂ ਹੁਣ ਪੁਲਿਸ ਦੇ ਵੱਲੋਂ ਸਕੂਲ ਦੀ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਗਿਆ, ਲਿਹਾਜ਼ਾ ਪੁੱਛ ਪੜਤਾਲ ਹੋਵੇਗੀ ਕਿ ਆਖਿਰਕਾਰ ਛੁੱਟੀ ਵਾਲੇ ਦਿਨ ਕਿਉਂ ਸਕੂਲ ਖੋਲ੍ਹਿਆ ਗਿਆ, ਕਿਉਂ ਉਸ ਸ਼ਰਾਬੀ ਡਰਾਈਵਰ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। ਇਸ ਬਾਰੇ ਤਮਾਮ ਸਵਾਲ ਜਵਾਬ ਹੋਣਗੇ। ਮਹਿੰਦਰਗੜ੍ਹ ਸਕੂਲੀ ਬੱਸ ਹਾਦਸਾ। ਪੁਲਿਸ ਨੇ ਪ੍ਰਿੰਸੀਪਲ ਨੂੰ ਕੀਤਾ ਗ੍ਰਿਫਤਾਰ। ਪ੍ਰਿੰਸੀਪਲ ਦੀ ਵੱਡੀ ਲਾਪਰਵਾਹੀ।
ਡਰਾਈਵਰ ਨੂੰ ਹਟਾਉਣ ਦੀ ਆਖੀ ਸੀ ਗੱਲ। ਇੱਕ ਦਿਨ ਪਹਿਲਾਂ ਹੋ ਗਿਆ ਵੱਡਾ ਹਾਦਸਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਸਕੂਲ ਦੀ ਪ੍ਰਿੰਸੀਪਲ, ਜਿਸ ਦੀ ਵਜ੍ਹਾ ਦੇ ਕਰਕੇ 6 ਬੱਚਿਆਂ ਦੀ ਜਾਨ ਚਲੀ ਗਈ। ਇੱਕ ਤਾਂ ਇਹਨਾਂ ਦੇ ਵੱਲੋਂ ਈਦ ਦੀ ਛੁੱਟੀ ਮੌਕੇ ਸਕੂਲ ਖੋਲ੍ਹਿਆ ਸੀ, ਦੂਜੇ ਪਾਸੇ ਬੱਸ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਦੇ ਨਾਲ ਬੱਸ ਪਲਟ ਗਈ, 6 ਬੱਚਿਆਂ ਦੀ ਮੌਤ ਹੋ ਗਈ। ਬੱਸ ਦੇ ਵਿੱਚ ਕੁੱਲ 45 ਬੱਚੇ ਸਵਾਰ ਸੀ, 37 ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। GL ਪਬਲਿਕ ਸਕੂਲ ਕਨੀਨਾ ਦੀ ਇਹ ਬੱਸ ਸੀ ਜੋ ਵੱਖ ਵੱਖ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਆ ਰਹੀ ਸੀ। ਦੱਸ ਦਈਏ ਕਿ ਈਦ ਦੀ ਛੁੱਟੀ ਦੇ ਬਾਵਜੂਦ ਇਹ ਨਿੱਜੀ ਸਕੂਲ ਖੁੱਲ੍ਹਾ ਸੀ, ਤਾਂ ਬੱਸ ਦੇ ਡਰਾਈਵਰ 'ਤੇ ਵੀ ਗੰਭੀਰ ਆਰੋਪ ਲੱਗੇ ਨੇ। ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਦਿਨ ਬਾਅਦ ਪ੍ਰਿੰਸੀਪਲ ਦੇ ਵੱਲੋਂ ਇਸ ਡਰਾਈਵਰ ਨੂੰ ਹਟਾਇਆ ਜਾਣਾ ਸੀ, ਇਸ ਦੀ ਛੁੱਟੀ ਕਰਨੀ ਸੀ, ਕਿਉਂਕਿ ਇਸ ਦੇ ਨਸ਼ੇ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਨੇ। ਤਾਂ ਇੱਕ ਦਿਨ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ। ਈਦ ਵਾਲੇ ਦਿਨ ਸਕੂਲੀ ਬੱਚਿਆਂ ਦੀ ਬੱਸ ਦਾ ਐਕਸੀਡੈਂਟ ਹੋਇਆ, 6 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਤਾਂ ਹੁਣ ਪੁਲਿਸ ਦੇ ਵੱਲੋਂ ਸਕੂਲ ਦੀ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਗਿਆ, ਲਿਹਾਜ਼ਾ ਪੁੱਛ ਪੜਤਾਲ ਹੋਵੇਗੀ ਕਿ ਆਖਿਰਕਾਰ ਛੁੱਟੀ ਵਾਲੇ ਦਿਨ ਕਿਉਂ ਸਕੂਲ ਖੋਲ੍ਹਿਆ ਗਿਆ, ਕਿਉਂ ਉਸ ਸ਼ਰਾਬੀ ਡਰਾਈਵਰ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। ਇਸ ਬਾਰੇ ਤਮਾਮ ਸਵਾਲ ਜਵਾਬ ਹੋਣਗੇ।